ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੁਕੜ ਬਿਆੰਤ ਕੋਰ ਤੇ ਲਵਪ੍ਰੀਤ ਦਾ ਮਾਮਲਾ ਹਲੇ ਤੱਕ ਹੱਲ ਨਹੀਂ ਹੋਇਆ ਕਿ ਹੋਰ ਕਿੰਨੇ ਪੀੜਤ ਸਾਹਮਣੇ ਆ ਗਏ ਜਿਨ੍ਹਾਂ ਨੇ ਆਪਣੇ ਹਮਸਫਰ ਤੇ ਪੈਸਾ ਲਗਾ ਕੇ ਵਿਦੇਸ਼ ਭੇਜਿਆ ਪਰ ਉਹ ਪਰਤੇ ਹੀ ਨਹੀਂ ਪਰ ਕੀ ਸਿਰਫ ਐਦਾਂ ਦੇ ਹੀ ਧੋਖੇ ਹੋ ਰਹੇ ਨੇ ਜਿਹੜੇ ਆਪਣੇ ਘਰ ਵਾਲੇ ਜਾਂ ਘਰ ਵਾਲੀ ਨੂੰ ਆਪਣੇ ਨਾਲ ਵਿਦੇਸ਼ ਲੈ ਗਏ ਕੀ ਉਹ ਸਾਰੇ ਖੁਸ਼ ਨੇ ਉਹਨਾਂ ਦੀ ਜ਼ਿੰਦਗੀ ਸਵਰ ਗਈ ਅੱਜ ਐਦਾਂ ਦੇ ਹੀ ਇੱਕ ਮਾਮਲੇ ਬਾਰੇ ਦੱਸਾਂਗੇ ਜਿੱਥੇ ਘਰ ਵਾਲੀ ਦੇ ਜ਼ੋਰ ਪਾਉਣ ਤੇ ਵਿਆਦੋਂ 3 ਸਾਲ ਬਾਅਦ ਮੁੰਡਾ ਆਪਣੀ ਘਰਵਾਲੀ ਨੂੰ ਵਿਦੇਸ਼ ਲੈ ਤਾ ਗਿਆ ਪਰ ਉੱਥੇ ਜਾ ਕੇ ਕਿਵੇਂ ਉਹਦੇ ਨਾਲ ਧੋਖਾ ਹੋਇਆ ਕਿਵੇਂ ਉਹਨੂੰ 5 ਸਾਲ ਤੋਂ ਇਲੈਗਲ ਤਰੀਕੇ ਦੇ ਨਾਲ ਵਿਦੇਸ਼ ਦੇ ਵਿੱਚ ਰਹਿਣਾ ਪੈ ਰਿਹਾ ਘਰ ਦੇ ਵਿੱਚੋਂ ਬੰਦ ਰਹਿਣਾ ਪੈ ਰਿਹਾ ਘਰ ਵਾਲਾ ਕਿਸ ਲੁੱਕ ਕਰ ਰਿਹਾ ਕਿਵੇਂ ਧਮਕੀਆਂ ਦਿੰਦਾ ਇਹ ਸਾਰਾ ਕੁਝ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਸਾਡੇ ਚੈਨਲ ਨੂੰ ਕਾਲ ਕੀਤੀ ਤੇ ਕਿਹਾ ਉਹ ਲੀਗਲ ਐਡਵਾਈਸ ਲੈਣਾ ਚਾਹੁੰਦੇ ਨੇ ਪਰ ਆਈਡੈਂਟੀਟੀ ਡਿਸਕਲੋਜ਼ ਨਹੀਂ ਕਰਨਗੇ ਅਸੀਂ ਵੀ ਐਡਵੋਕੇਟ ਸੁਨੀਲ ਮੱਲਨ ਦੇ ਨਾਲ ਗੱਲ ਕੀਤੀ ਤੇ ਪੀੜਤ ਨੇ ਸਾਨੂੰ ਆਪਣੀ ਸਾਰੀ ਹੱਡਬੀਤੀ ਸੁਣਾਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਸੀਂ ਕਾਲ ਕੀਤੀ ਸੀਗੀ ਤੁਸੀਂ ਆਪਣਾ ਜਿਹੜਾ ਮਾਮਲਾ ਸੀਗਾ ਉਹ ਵੀ ਸਾਡੇ ਨਾਲ ਸ਼ੇਅਰ ਕੀਤਾ ਸੀਗਾ ਤੇ ਤੁਸੀਂ ਕਿਹਾ ਸੀ ਵੀ ਤੁਸੀਂ ਲੀਗਲ ਐਡਵਾਈਸ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਮੌਜੂਦ ਨੇ ਤਾਂ ਇੱਕ ਵਾਰ ਤੁਸੀਂ ਉਹਨਾਂ ਨਾਲ ਜਿਹੜੀ ਗੱਲ ਕਰਨਾ ਚਾਹੁੰਦੇ ਹੋ ਲੀਗਲ ਐਡਵਾਈਸ ਲੈਣਾ ਚਾਹੁੰਦੇ ਹੋ ਤੇ ਉਹ ਹੁਣ ਤੁਹਾਡੇ ਨਾਲ ਗੱਲ ਕਰਨਗੇ ਸਤਿ ਸ਼੍ਰੀ ਅਕਾਲ ਭੈਣ ਜੀ ਹਾਂਜੀ ਸਤਿ ਸ੍ਰੀ ਅਕਾਲ ਸਰ ਦੱਸੋ ਕੀ ਪ੍ਰੋਬਲਮ ਕੀ ਹੈ ਐਕਚੁਅਲੀ ਮੈਂ ਹਾਂਜੀ ਸਰ ਮੈਨੂੰ 5 ਸਾਲ ਹੋ ਗਏ ਇੱਥੇ ਆਈ ਨੂੰ ਓਕੇ ਅਰਜنٹੀਨਾ ਚ ਜੀ ਤੇ ਮਤਲਬ ਕੋਈ ਵੀ ਪ੍ਰੋਸੈਸਿੰਗ ਨਹੀਂ ਚੱਲ ਰਹੀ ਮੇਰੇ ਡਾਕੂਮੈਂਟ ਦੀ ਓਕੇ ਕਿ ਇਦਾਂ ਹੋ ਸਕਦਾ ਕਿ ਮੇਰਾ ਹਸਬੰਡ ਬਿਲਕੁਲ ਸਾਰੇ ਡਾਕੂਮੈਂਟਸ ਵਿੱਚ ਸਿੰਗਲ ਸ਼ੋ ਕਰ ਰਿਹਾ ਆਪਣਾ ਮੈਰਿਟਲ ਸਟੇਟਸ ਓਕੇ ਤੇ ਤੁਹਾਡੇ ਕੋਲ ਪ੍ਰੂਫ ਹੈਗਾ ਮੈਰਿਜ ਦਾ ਕਿ ਕਿਹੜੀ ਲੀਗਲ ਆਇਆ ਸੀ ਨਹੀਂ ਤੁਹਾਡੇ ਕੋਲ ਪ੍ਰੂਫ ਹੈਗਾ ਇੰਡੀਆ ਜਿੱਥੇ ਤੁਸੀਂ ਮੈਰਿਜ ਕੀਤੀ ਸੀ ਹੈਗਾ ਓਕੇ ਤੇ ਤੁਸੀਂ ਉੱਥੇ ਕਿਸ ਸਟੇਟਸ 'ਚ ਰਹ ਰਹੇ ਹੋ ਮੈਂ ਕੁਛ ਵੀ ਨਹੀਂ ਮੇਰਾ ਇਫ ਰਿਫਿਊਜੀ ਲਾਤਾ ਸੀ ਇਹਨੇ ਲਿਆ ਕੇ ਪਹਿਲਾਂ ਕਿ ਮੈਨੂੰ ਮੇਰੇ ਹੀ ਪੇਰੈਂਟਸ ਤੋਂ ਖਤਰਾ ਹੈ ਤੁਹਾਨੂੰ ਤੁਹਾਡੇ ਪੇਰੈਂਟ ਤੋਂ ਖਤਰਾ ਹੈ ਪਿਛਲੇ ਜਨਵਰੀ ਤੋਂ ਹਾਂਜੀ ਔਰ ਪਿਛਲੇ ਜਨਵਰੀ ਤੋਂ ਮੇਰਾ ਪ੍ਰਕਾਰਿਆ ਰਿਫਿਊਜੀ ਵੀ ਕੈਨਸਲ ਹੋਇਆ ਹੋਇਆ ਮੈਂ ਬਿਲਕੁਲ ਲਵਾਰਿਸ ਬੈਠੀ ਹਾਂ ਉਹ ਬਾਬਰੇ ਬਿਲਕੁਲ ਕੁਛ ਨਹੀਂ ਹੈ ਮੇਰੇ ਕੋਲ ਪਰ ਤੁਹਾਡਾ ਹਸਬੰਦ ਤੁਹਾਡੇ ਮਤਲਬ ਤੁਹਾਡਾ ਹਸਬੰਦ ਜਿਹੜਾ ਹੈ ਉਹ ਤੁਹਾਡੇ ਨਾਲ ਇਹ ਰਵਈਆ ਐਸਾ ਕਿਉਂ ਕਰ ਰਿਹਾ ਹੈ ਤੁਹਾਡੀ ਕਿਤੇ ਕਮਜ਼ੋਰੀ ਤੇ ਨਹੀਂ ਕੋਈ ਕੋਈ ਗਲਤੀ ਜਾਂ ਕੋਈ ਕਮਜ਼ੋਰੀ ਜਾਂ ਕੋਈ ਤੁਹਾਡਾ ਕੋਈ ਰਾਜ ਉਹਦੇ ਕੋਲ ਹੋਵੇ ਨਹੀਂ ਨਹੀਂ ਸਰ ਕੁਛ ਨਹੀਂ ਹੈਗਾ ਹਮ ਸਭ ਕੁਝ ਠੀਕ ਚੱਲ ਰਿਹਾ ਸੀਗਾ ਪ੍ਰੋਬਲਮ ਇਹ ਹੈ ਕਿ ਮੈਨੂੰ ਮੈਂਟਲੀ ਟੌਰਚਰ ਕਰ ਰਹੇ ਨੇ ਉਹ ਮੈਨੂੰ ਇੰਡੀਆ ਤੋਂ ਲਿਆਉਣਾ ਨਹੀਂ ਸੀ ਚਾਹੁੰਦੇ ਐਕਚੁਅਲੀ ਤੇ ਤੁਸੀਂ ਉਹਨਾਂ ਦੀ ਰਿਪੋਰਟ ਕਰ ਦਿਓ ਜੇ ਤੁਸੀਂ ਰਿਪੋਰਟ ਕਰੋਗੇ ਉਹਨਾਂ ਦੀ ਵੀ ਮੈਂ ਵੀ ਵਾਈਫ ਇੱਕ ਮਿੰਟ ਜੇ ਮੈਂ ਉਹਨਾਂ ਦੀ ਰਿਪੋਰਟ ਕਰਦੀ ਆ ਠੀਕ ਆ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਹੈਗਾ ਉਹ ਇਧਰਲਾ ਪੀਆਰ ਆ ਉਹਦਾ ਕੁਝ ਨਹੀਂ ਵਿਗੜਨਾ ਹੈਗਾ ਮੈਨੂੰ ਰਿਪੋਰਟ ਕਰ ਦੇਣਗੇ ਨਹੀਂ ਪਰ ਇੱਕ ਗੱਲ ਦੱਸੋ ਨਾ ਇੰਡੀਆ 'ਚ ਜਿਹੜੀ ਤੁਸੀਂ ਸ਼ਾਦੀ ਕੀਤੀ ਉਹਦਾ ਕੋਈ ਪ੍ਰੂਫ ਨਹੀਂ ਤੁਹਾਡੇ ਕੋਲ ਨਹੀਂ ਹੈਗਾ ਸਰ ਮੇਰੇ ਕੋਲ ਵੀਡੀਓ ਵੀ ਪਹਿਲੇ ਪਿਕਚਰਸ ਵੀ ਨੇ ਮੈਰਿਜ ਸਰਟੀਫਿਕੇਟ ਵੀ ਪਿਆ ਹੈ ਬਸ ਮੈਰਿਜ ਸਰਟੀਫਿਕੇਟ ਸ਼ੋ ਕਰੋ ਕਿ ਐਨੇ ਮੈਨੂੰ ਆਪਣੀ ਵਾਈਫ ਨੂੰ ਇੱਥੇ ਬੁਲਾਇਆ ਹੈ ਐਸ ਕੰਟਰੀ ਚ ਹੁਣ ਇਹਨੇ ਮੈਨੂੰ ਪਹਿਲਾਂ ਮੇਰਾ ਰਿਫਿਊਜੀ ਦਾ ਕੇਸ ਲਾਤਾ ਤੇ ਹੁਣ ਇਹ ਮੈਨੂੰ ਕਹਿੰਦਾ ਤੂੰ ਮੇਰੀ ਵਾਈਫ ਨਹੀਂ ਆਪਣੇ ਆਪ ਨੂੰ ਬੈਚਲਰ ਸ਼ੋ ਕਰ ਰਿਹਾ ਔਰ ਇੱਕ ਬੜੀ ਵੱਡੀ ਗੱਲ ਤੁਹਾਨੂੰ ਦੱਸਣ ਲੱਗਾ ਮੈਂ ਜਦੋਂ ਕੋਈ ਪਤੀ ਆਪਣੀ ਪਤਨੀ ਦੇ ਪ੍ਰਤੀ ਆਪਣੇ ਆਪ ਨੂੰ ਬੈਚਲਰ ਸ਼ੋ ਕਰੇ ਔਰ ਉਹਦੇ ਨਾਲ ਇੱਕ ਪਾਸੇ ਮਤਲਬ ਸਰੀਰਕ ਸੰਬੰਧ ਵੀ ਬਣਾਵੇ ਇਟ ਅਮਾਉਂਟਸ ਟੂ ਰੇਪ ਹਾਂਜੀ ਤੁਸੀਂ ਉਹਦੇ ਤੇ ਰੇਪ ਦਾ ਕੇਸ ਪਾਸ ਕਰ ਦੇ ਜੇ ਇਹ ਫਰਸਟ ਕੰਡੀਸ਼ਨ ਦੱਸ ਰਿਹਾ ਪਰ ਮੇਰੀ ਇੱਕ ਸਲਾਹ ਹੈ ਤੁਹਾਨੂੰ ਹਾਂਜੀ ਤੁਸੀਂ ਆਪਣੇ ਵਿਆਹ ਦਾ ਸਰਟੀਫਿਕੇਟ ਆਪਣੀ ਵੀਡੀਓ ਲੈ ਕੇ ਉੱਥੇ ਲੋਕਲ ਇਮੀਗ੍ਰੇਸ਼ਨ ਏਜੰਸੀ 'ਚ ਜਾਓ। ਹਾਂਜੀ। ਉੱਥੇ ਤੁਸੀਂ ਕਹੋਗੇ ਮੇਰਾ ਹਸਬੰਡ ਹੈ ਮੈਨੂੰ ਆਪਣਾ ਰਾਈਟ ਨਹੀਂ ਦੇ ਰਿਹਾ ਬੀਇੰਗ ਵਾਈਫ। ਉਹਨੇ ਉੱਥੇ ਕੋਈ ਵਿਆਹ ਤੇ ਨਹੀਂ ਕਰਾਇਆ ਹੋਇਆ? ਤੁਸੀਂ ਠੀਕ ਐ। ਆਈ ਡੋਟ ਨੋ ਸਰ ਕਿ ਕਿ ਮੇਰੇ ਨਾਲ ਮੇਰੇ ਨਾਲ ਬਿਲਕੁਲ ਮੈਨੂੰ ਇਗਨੋਰ ਤੁਸੀਂ 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 ਸੇਮ ਕਰ ਚ ਰਹਿੰਦੇ ਹੋ ਕਿ ਬਾਹਰ ਲੈ ਕੇ ਕੋਈ ਹੋਣੀ ਹੈ ਮੇਰੇ ਨਾਲ ਕੋਈ ਗੱਲ ਦੀ ਬਾਤ ਨਹੀਂ ਹੈ। ਨਹੀਂ ਤੁਸੀਂ ਸੇਮ ਕਰ ਚ ਰਹਿੰਦੇ ਹੋ ਕਿ ਅਲੱਗ-ਅਲੱਗ ਕਰ ਰਹੇ ਹੋ। ਨੇ ਮੈਂ ਸੇਮ ਘਰ ਚ ਅਸੀਂ ਰਹਿ ਰਹੇ ਹਾਂ ਪਰ ਉਹ ਸਿਰਫ ਰਾਤ ਨੂੰ ਸੌਣ ਆਉਂਦਾ ਏ 11 ਵਜੇ ਸਵੇਰੇ ਉੱਠ ਕੇ 10 ਵਜੇ ਚਲੇ ਜਾਂਦਾ ਏ ਉਸ ਤੋਂ ਬਾਅਦ ਨਹੀਂ ਉਹ ਘਰ ਆਉਂਦਾ ਸਾਰਾ ਦਿਨ ਤੇ ਘਰ ਕਿਦੇ ਨਾਂ ਤੇ ਐ ਮੇ ਹਸਬੰਦ ਦੇ ਨਾਂ ਤੇ ਹੀ ਆ ਸਰ ਸਾਰਾ ਕੁਝ ਤੁਹਾਡੇ ਤੁਹਾਡੇ ਕੋਲ ਉਥੋਂ ਦੀ ਕੋਈ ਫੋਟੋ ਕੋਈ ਪ੍ਰੂਫ ਕੋਈ ਤੁਹਾਨੂੰ ਪੈਸੇ ਦਿੱਤੇ ਹੋਣ ਤੁਹਾਡੇ ਕਾਰਡ ਜਪਾਏ ਹੋਣ ਕੋਈ ਇਦਾਂ ਦਾ ਤੁਹਾਡਾ ਕੋਈ ਡਾਕੂਮੈਂਟਰੀ ਪ੍ਰੂਫ ਉੱਥੇ ਬਣਿਆ ਰਹਿ ਕੇ ਉਸ ਜੀ ਵੀ ਨਹੀਂ ਸਰ ਨਾ ਮੇਰਾ ਕੋਈ ਡਾਕੂਮੈਂਟ ਐਂਟਰੀ ਵੀ ਨਹੀਂ ਹੈਗੀ ਮੇਰੀ ਇੱਥੋਂ ਦੀ ਨਾ ਕੋਈ ਬੈਂਕ ਅਕਾਊਂਟ ਆ ਨਾ ਮੇਰਾ ਕੁਝ ਵੀ ਨਹੀਂ ਹੈ ਨਹੀਂ ਇੰਨਾ ਕੁ ਨਹੀਂ ਸੀ ਬੰਨਾ ਪਰ ਜਿਵੇਂ ਤੁਹਾਡੇ ਕਦੀ ਤੁਸੀਂ ਆਪਣੇ ਹਸਬੰਦ ਦਾ ਏਟੀਐਮ ਕਾਰਡ ਲਿਜਾ ਕੇ ਬੈਂਕ ਚ ਯੂਜ਼ ਕੀਤਾ ਹੋਵੇ ਜਾਂ ਕਿਸੇ ਤੁਸੀਂ ਇਕੱਠੇ ਕਿਤੇ ਗਰੋਸਰੀ ਲੈਣ ਗਏ ਹੋ ਉਹ ਹਾਂ ਜੋ ਤਾਂ ਗਰੋਸਰੀ ਵਾਲੇ ਤਾਂ ਹੋਣਗੇ ਕਾਰਡ ਪਰ ਮੈਨੂੰ ਕਦੀ ਉਹਨਾਂ ਨੇ ਆਪਣਾ ਏਟੀਐਮ ਕਾਰਡ ਨਹੀਂ ਯੂਜ਼ ਕਰਨ ਦਿੱਤਾ ਕਦੀ ਵੀ ਨਹੀਂ ਚਲੋ ਕੋਈ ਨਹੀਂ ਮੈਂ ਕਿਤੇ ਜਾ ਨਹੀਂ ਸਕਦੀ ਮੇਰਾ ਪਰਪਸ ਨੂੰ ਲੋਕ ਲੱਗਿਆ ਚਾਬੀ ਉਹਦੇ ਕੋਲ ਆ ਫੇਰ ਤੁਸੀਂ ਉਹਦੇ ਨਾਲ ਪੰਜਾਬੀ ਜੇ ਇੱਕ ਵਾਰੀ ਗੱਲ ਕਰ ਲੋ ਵੀ ਸੱਜਣਾ ਜਾਂ ਤੇ ਮੇਰਾ ਸਟੇਟਸ ਕਲੀਅਰ ਕਰ ਦੇ ਤੇ ਜਾਂ ਫਿਰ ਮੈਨੂੰ ਕੋਈ ਨਾ ਕੋਈ ਸਟੈਪ ਲੈਣਾ ਪੈਣਾ ਮੈਂ ਇਦਾਂ ਹਵਾ 'ਚ ਤੇ ਜਿੰਦੀ ਰਹਿ ਨਹੀਂ ਸਕਦੀ ਦੇਖੋ ਤੁਹਾਡੇ ਕੋਲ ਇਨਪਰੋਵੀਜ਼ਨ ਹੈ ਮੈਂ ਮਿਲ ਕਰ ਰਿਹਾ ਮੈਂ ਉਹਦੇ ਨਾਲ ਗੱਲ ਕੀਤੀ ਸੀ ਰਾਤ ਮੈਨੂੰ ਉਹਨੇ ਬਲੈਕਮੇਲ ਕੀਤਾ ਐਕਚੁਅਲੀ ਉਹਦੇ ਡੈਡ ਨੂੰ ਹੈਗਾ ਕੈਂਸਰ ਦੀ ਪ੍ਰੋਬਲਮ ਠੀਕ ਆ ਕਿਤੇ ਡੈਡ ਨੂੰ ਤੁਹਾਡੇ ਹਸਬੰਦ ਜੀ ਨੂੰ ਮੈਨੂੰ ਬਲੈਕ ਮੇਰੇ ਹਸਬੰਦ ਦੇ ਡੈਡ ਨੂੰ ਤੇ ਮੈਨੂੰ ਉਹ ਬਲੈਕਮੇਲ ਕਰ ਰਿਹਾ ਕਹਿੰਦਾ ਜੇ ਮੇਰੇ ਡੈਡ ਨੂੰ ਕੁਝ ਵੀ ਹੋ ਗਿਆ ਕਹਿੰਦਾ ਤੁਹਾਨੂੰ ਇਕੱਲੇ ਇਕੱਲੇ ਨੂੰ ਦੱਸ ਦੂ ਮੈਂ ਕੀ ਚੀਜ਼ ਹ ਕਹਿੰਦਾ ਜੇ ਮੇਰੀ ਮਾੜੀ ਜੀ ਵੀ ਬੇਇੱਜ਼ਤੀ ਹੋ ਗਈ ਨਾ ਮੇਰੇ ਡੈਡ ਕੋਲ ਕੋਈ ਚਲੇ ਗਿਆ ਕੋਈ ਵੀ ਗੱਲਬਾਤ ਹੋ ਗਈ ਕਹਿੰਦਾ ਮੇਰੇ ਡੈਡ ਨੂੰ ਪੁੱਛੇਗਾ ਤੁਸੀਂ ਜ਼ਿੰਮੇਵਾਰ ਹੋ ਇੱਕ ਪਾਸੇ ਤੁਹਾਨੂੰ ਕਹਿੰਦਾ ਤੁਸੀਂ ਉਹਦੀ ਵਾਈਫ ਹੋ ਦੂਜੇ ਪਾਸੇ ਉਹ ਇਹਦਾ ਮਤਲਬ ਡੈਡ ਵੀ ਉਹਦਾ ਉੱਥੇ ਕਿਤੇ ਨੇੜੇ ਜਿਹੇ ਰਹਿੰਦਾ ਨਹੀਂ ਨਹੀਂ ਡੈਡੀ ਅੱਛਾ ਫਿਰ ਤੁਸੀਂ ਇੱਕ ਵਾਰੀ ਗੱਲ ਕਰੋ ਭੈਣ ਜੀ ਮੇਰੀ ਗੱਲ ਮੰਨੋ ਤੁਸੀਂ ਇੱਕ ਵਾਰੀ ਉਹਦੇ ਪਰਿਵਾਰ ਨਾਲ ਟੈਲੀਫੋਨ ਤੇ ਗੱਲ ਜਰੂਰ ਕਰੋ ਕਿ ਇਹ ਮੈਨੂੰ ਇਦਾਂ ਰੱਖੀ ਫਿਰਦਾ ਜੀ ਮੇਰਾ ਕੋਈ ਲੀਗਲ ਸਟੇਟਸ ਬਣਾਓ ਨਹੀਂ ਤਾਂ ਮੈਨੂੰ ਕੋਈ ਨਾ ਕੋਈ ਸਟੈਪ ਲੈਣਾ ਪੈਣਾ ਮੈਂ ਇਦਾਂ ਕੱਚੇ ਤੌਰ ਤੇ ਇੱਥੇ ਬਾਹਰ ਨਹੀਂ ਰਹਿ ਸਕਦੀ ਮੈਂ ਤੇ ਮੈਨੂੰ ਤੇ ਇਹਨੇ ਕੈਦ ਕੀਤਾ ਆ ਇਦਾਂ ਬਿਲਕੁਲ ਕਰ ਰਹੇ ਮੇਰੇ ਨਾਲੇ ਤਿੰਨੋਂ ਜਾਣੇ ਹੁਣ ਗੱਲ ਹੀ ਨਹੀਂ ਕਰ ਰਹੇ ਕਹਿੰਦੇ ਸਾਡੇ ਦਿਮਾਗ ਤੇ ਪਹਿਲਾਂ ਹੀ ਬਹੁਤ ਲੋੜ ਆ ਘਰ ਚ ਪੇਸ਼ੰਦ ਤੂੰ ਇੱਕ ਇਦਾਂ ਦੀ ਗੱਲਾਂ ਕਰੀ ਜਾਂਦੀ ਆ ਚਲੋ ਫਿਰ ਤੁਸੀਂ ਫਿਰ ਸਾਣੇ ਕੋਲ ਜਾਓ ਮੈਨੂੰ ਕਹਿੰਦੇ ਨਹੀਂ ਫਿਰ ਇੱਕੋ ਹੀ ਹੱਲ ਹੈ ਬੰਜੀ ਮੇਰੀ ਗੱਲ ਸੁਣੋ ਸਾਡਾ ਕੁਝ ਵੇਚ ਕੇ ਇੰਡੀਆ ਚਲਦੇ ਆਂ ਦੇਖੋ ਫਿਰ ਦੂਜਾ ਤਰੀਕਾ ਹੈ ਕਿ ਮੈਂ ਤੁਹਾਡੇ ਤੁਹਾਡੇ ਬਿਹਾਫ ਤੇ ਇੰਡੀਆ ਤੋਂ ਇਹਨਾਂ ਨੂੰ ਇੰਡੀਆ ਵਿੱਚ ਲੀਗਲ ਨੋਟਿਸ ਦੇ ਸਕਦਾ ਪਹਿਲਾ ਪਹਿਲਾ ਜਿਹੜਾ ਪ੍ਰੋਵੀਜ਼ਨ ਹੈ ਹਾਂਜੀ ਦੂਜਾ ਤੁਹਾਡੇ ਵੱਲੋਂ ਇੱਕ ਕੰਪਲੇਂਟ ਪੈ ਸਕਦੀ ਹੈ ਕਿ ਮੇਰਾ ਹਸਬੰਦ ਨੇ ਮੈਨੂੰ ਇਦਾਂ ਇਲੀਗਲ ਡਿਟੇਨ ਕੀਤਾ ਹੈ ਮੇਰੇ ਨਾਲ ਗਲਤ ਉਹਨੇ ਰਿਫਿਊਜੀ ਕਹਿ ਕੇ ਮੇਰਾ ਪਾਸਪੋਰਟ ਤੇ ਵੀਜ਼ਾ ਲਵਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਰਿਫਿਊਜੀ ਰੱਖਿਆ ਹੁਣ ਮੈਨੂੰ ਉਹਨੇ ਡਿਟੇਨ ਕੀਤਾ ਆਪਣੇ ਘਰ 'ਚ ਤੇ ਮੈਨੂੰ ਆਪਣਾ ਲੀਗਲ ਵਾਈਫ ਹੁੰਦਾ ਰਾਈਟ ਨਹੀਂ ਦੇ ਰਿਹਾ ਔਰ ਉਹ ਮੇਰੇ ਨਾਲ ਜੋ ਵੀ ਅੱਗੋਂ ਆਪਾਂ ਮੈਂ ਟੈਕਨੀਕਲ ਲੀਗਲ ਲਿਖਣਾ ਹੋਏਗਾ ਜੋ ਔਰਤ ਦੀ ਮਰਿਆਦਾ ਦੇ ਦਾਇਰੇ ਚ ਆਂਦਾ ਜਾਂ ਉਹਦੀ ਉਹਨੂੰ ਮਰਿਆਦਾ ਨੂੰ ਜਿਹੜੀ ਛਲਨੀ ਕਰ ਰਿਹਾ ਤੁਹਾਡੇ ਬੱਚਾ ਹੋਇਆ ਕੋਈ ਦੁਨਾਂ ਚੋਂ ਆਪਸ ਚੋਂ ਨਹੀਂ 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 ਸਰ ਬੇਬੀ ਕੋਈ ਨਹੀਂ ਹੈ ਮੈਂਟਲੀ ਉਹ ਮੈਨੂੰ ਟੌਰਚਰ ਇਹਨਾਂ ਕੀਤਾ ਪਿਆ ਬੇਬੀ ਬਲ ਤਾਂ ਧਿਆਨ ਹੀ ਨਹੀਂ ਜਾ ਰਿਹਾ ਜਿਹੜਾ ਤੁਹਾਡਾ ਮੈਟ੍ਰੀਮੋਨੀਅਲ ਰਾਈਟ ਹੈ ਮੈਂ ਉਹ ਤੁਹਾਨੂੰ ਲੈ ਕੇ ਦੇ ਸਕਦਾ ਜੇ ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਹੈਗਾ ਔਰ ਹਾਂਜੀ ਹਾਂਜੀ ਸਰ ਮੇਰੇ ਕੋਲ ਦੋਨੋਂ ਨੇ ਗੁਰਦੁਆਰਾ ਸਾਹਿਬ ਦਾ ਵੀ ਤੂਜਾ ਵੀ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਦੇਖੋ ਮੈਂ ਹਲੇ ਇੱਕ ਪੱਖ ਸੁਣਿਆ ਔਰ ਉਹਦੇ ਵਿੱਚ ਅਸੀਂ ਜ਼ਰੂਰ ਇੱਕ ਇਮੋਸ਼ਨਲ ਇਮੋਸ਼ਨਲ ਫੀਲ ਲੈਣੇ ਆਂ ਕਿ ਸਾਡਾ ਜਿਹੜਾ ਕਲਾਇੰਟ ਆ ਉਹ ਲੜਕੀ ਐ ਪਰ ਜੇ ਕਦੀ ਸਾਡੇ ਤੁਹਾਡੇ ਹਸਬੰਡ ਨਾਲ ਵੀ ਜੇ ਕੋਈ ਗੱਲ ਹੋਈ ਉਹ ਵੀ ਆਪਣਾ ਪੱਖ ਰੱਖਣਗੇ ਤੇ ਇਹ ਯਾਦ ਰੱਖਣਾ ਕਿ ਮੇਰੇ ਨਾਲ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਐ ਬਿਲਕੁਲ ਸੱਚੀ ਸੁੱਚੀ ਤੇ ਕਲੀਅਰ ਕਰਨੀ ਐ ਤਾਂ ਕਿ ਕੱਲ ਨੂੰ ਮੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਹੋਵੇ ਕਿ ਮੈਂ ਕਿਸੇ ਗਲਤ ਬੰਦੇ ਦਾ ਸਾਥ ਦਿੱਤਾ ਹਾਂ ਹਾਂਜੀ ਤਾਨੂੰ ਹੱਕ ਰਸੀ ਮੈਂ ਲੈ ਦਿੰਦਾ ਜੀ ਠੀਕ ਆ ਸਰ ਨੰਬਰ ਤੁਹਾਨੂੰ ਆਪਾਂ ਸ਼ੇਅਰ ਕਰ ਦਾਂਗੇ ਮੇਰਾ ਨੰਬਰ ਤੁਹਾਨੂੰ ਚੈਨਲ ਤੋਂ ਸ਼ੇਅਰ ਹੋ ਜਾਏਗਾ ਔਰ ਬੜੀਆਂ achhi remedies ਤੁਹਾਨੂੰ ਮਿਲ ਸਕਦੀਆਂ ਨੇ ਮੈਂ ਉਹਨੂੰ ਮੈਮ ਨੂੰ ਕਹਿਣਾ ਕਿ ਜੇ ਕੋਈ ਗੱਲ ਕਰਨਾ ਚਾਹੁੰਦੇ ਇਥੇ ਜੀ ਤੁਸੀਂ ਗੱਲ ਇਹ ਆ ਵੀ ਬਹੁਤ ਵਾਰ ਇਹ ਕੇਸਿਸ ਹੁੰਦੇ ਨੇ ਵੀ ਪਹਿਲਾਂ ਤਾਂ ਆਪਾਂ ਗੱਲ ਕਰ ਲੈਨੇ ਆ ਆਪਾਂ ਇਹ ਵੀ ਕਹਿ ਦਿੰਨੇ ਆ ਵੀ ਮੈਨੂੰ ਇਹ ਦਿੱਕਤ ਆ ਮੈਨੂੰ ਸਾਰੀਆਂ ਚੀਜ਼ਾਂ ਨੇ ਪਰ ਆਪਾਂ ਸਟੈਂਡ ਪਿੱਛੇ ਲੈ ਲੈਨੇ ਆਪਣਾ ਕਿ ਸਟੈਂਡ ਤੇ ਪੱਕੇ ਰਹੋਗੇ ਤੁਸੀਂ ਫਿਰ ਆਪਣੇ ਅੱਗੇ ਹਾਂਜੀ ਹਾਂਜੀ ਮੈਮ ਬਿਲਕੁਲ ਮੇਰੇ ਪੇਰੈਂਟਸ ਵੀ ਮੇਰੇ ਨਾਲ ਨੇ ਉਹ ਕਹਿੰਦੇ ਅਸੀਂ ਵੀ ਗੱਲ ਕਰਾਂਗੇ ਜੇ ਲੋੜ ਪਈ ਕਿਉਂਕਿ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਵੀ ਤੁਹਾਨੂੰ ਉਸ ਹੋ ਸਕਦਾ ਹੈ ਵੀ ਉਹ ਤੁਹਾਨੂੰ ਧਮਕਾ ਵੀ ਰਹੇ ਨੇ ਤੇ ਤੁਹਾਡੇ ਨਾਲ ਇਹ ਵੀ ਕਹਿ ਰਹੇ ਨੇ ਵੀ ਮੈਂ ਅੱਗੇ ਦੇਖੂਗਾ ਮੈਂ ਕੀ ਸਟੈਪ ਲੈਣਾ ਹੈ ਤੇ ਮੁੜ ਕੇ ਕਿਉਂਕਿ ਤੁਸੀਂ ਉੱਥੇ ਇਕੱਲੇ ਹੋ ਤੁਸੀਂ ਇਹ ਵੀ ਗੱਲ ਕਹੀ ਸੀਗੀ ਵੀ ਤੁਸੀਂ ਉੱਥੇ ਇਕੱਲੇ ਹੋ ਤੁਹਾਡੇ ਨਾਲ ਕੋਈ ਫੈਮਿਲੀ ਮੈਂਬਰ ਨਹੀਂ ਹੈਗਾ ਤੁਹਾਡਾ ਸਿਰਫ ਤੁਹਾਡਾ ਹਸਬੰਡ ਤੁਹਾਡੇ ਨਾਲ ਹੈ ਈਵਨ ਈਵਨ ਇਹਨਾਂ ਕੋ ਪੈਸੇ ਵੀ ਹੈ ਨਹੀਂ ਹਾਂਜੀ ਇਹ ਮੈਡਮ ਨੇ ਜਿਵੇਂ ਕਿਹਾ ਸਾਨੂੰ ਇਹਨਾਂ ਕੋ ਪੈਸੇ ਵੀ ਹੈ ਨਹੀਂ ਹਾਂ ਸਰ ਘਰ 'ਚ ਵੀ ਡਿਟੇਨ ਕੀਤਾ ਹੋਇਆ ਹੈ ਬੰਦੀ ਬਣਾ ਕੇ ਰੱਖਿਆ ਔਰ ਵਾਈਫ ਦਾ ਔਦਾ ਵੀ ਨਹੀਂ ਦੇ ਰਿਆ ਪਹਿਲਾਂ ਉਹਨੇ ਗਲਤ ਰੈਫਿਊਜੀ ਕੇਸ ला ਛੱਡਿਆ ਉਹ ਵੀ ਰਿਜੈਕਟ ਹੋ ਗਿਆ ਟੈਕਨੀਕਲੀ ਸ਼ੀ ਇਸ ਸਟੇਇੰਗ ਇਲੀਗਲ ਉਸ ਲਈ ਕਿਉਂ ਭੈਣ ਜੀ ਮੈਂ ਠੀਕ ਕਹਿ ਰਿਆ ਹਾਂ ਹਾਂਜੀ ਔਰ ਉਹ ਬੰਦਾ ਇਹਨੂੰ ਤਰਕ ਵੀ ਦੇ ਰਿਹਾ ਕਿ ਜੇ ਤੂੰ ਕੁਝ ਕੀਤਾ ਤੇ ਮੈਂ ਤੈਨੂੰ ਡਿਪੋਰਟ ਕਰਾ ਦੂੰ ਮੈਂ ਤੈਨੂੰ ਇਹ ਕਰ ਦੂੰ ਪਰ ਜੇ ਇਹੋ ਜਿਹਾ ਕੰਮ ਹੋਇਆ ਤੇ ਉਹ ਬੰਦਾ ਵੀ ਨਾਲ ਫਸੇਗਾ ਕਿ ਤੂੰ ਇਲੀਗਲ ਬੰਦਾ ਵੀ ਰੱਖਿਆ ਕਿਵੇਂ ਸੀ ਔਰ ਮੋਰਓਵਰ ਜੇ ਤੂੰ ਇੱਕ ਔਰਤ ਨੂੰ ਨਾਲ ਰੱਖਿਆ ਸੀ ਤੇ ਜੋ ਵੀ ਉਹਦੀ ਤੂੰ ਔਰਤ ਦੀ ਮਰਿਆਦਾ ਨੂੰ ਭੰਗ ਕੀਤਾ ਫਿਰ ਉਹਦੀ ਸਜ਼ਾ ਵੀ ਭੁਗਤ ਲੈ ਆ ਕੇ ਸੋ ਇਹਦੀਆਂ ਰੈਮਡੀਜ਼ ਹੈਗੀਆਂ ਨੇ ਭੈਣ ਜੀ ਸਰੋ ਮੈਨੂੰ ਹਾਂ ਜੀ ਸਰੋ ਮੈਨੂੰ ਤਮਕਾਈ ਇਸ ਕਰਕੇ ਰਿਹਾ ਕਿਉਂਕਿ ਗਲਤੀ ਉਹਦੀ ਆ ਰਹੀ ਆ ਉਹਦੇ ਪਾਸਪੋਰਟ ਤੇ ਮੇਰਾ ਨਹੀਂ ਪਰ ਮੇਰੇ ਪਾਸਪੋਰਟ ਤੇ ਹਸਬੰਡ ਦਾ ਨਾਮ ਹੀ ਸ਼ੋ ਹੋ ਰਿਹਾ ਹੈ ਵੈਰੀ ਗੁੱਡ ਵੈਰੀ ਗੁੱਡ ਪਰ ਮੋਰਓਵਰ ਜਦੋਂ ਉਹਨੇ ਤੁਹਾਨੂੰ ਸੱਦਿਆ ਸੀ ਉਦੋਂ ਇੱਕ ਮਿੰਟ ਵੀ ਰਿਸਪੋਨਸਿਬਿਲਟੀ ਇਹਨੇ ਲਈ ਹੋਈ ਆ ਕਿ ਆਪਣੀ ਰਿਸਪੋਨਸਿਬਿਲਟੀ ਤੇ ਲੈ ਕੇ ਆਇਆ ਹੋਇਆ ਨਹੀਂ ਜਦੋਂ ਪਹਿਲੀ ਵਾਰ ਤੁਸੀਂ ਗਏ ਸੀ ਉਸ ਕੰਟਰੀ 'ਚ ਤੇ ਉਦੋਂ ਤੁਹਾਨੂੰ ਵੀਜ਼ਾ ਜਾਂ ਸਪੌਂਸਰਸ਼ਿਪ ਟਿਕਟ ਕਿੰਨੇ ਭੇਜੀ ਸੀ ਨਹੀਂ ਨਹੀਂ ਸਾਰਾ ਖਰਚ ਮੇਰੇ ਇਨ-ਲॉज ਦਾ ਸੀਗਾ ਸਰ ਮੇਰੇ ਹਸਬੰਡ ਦਾ ਤਾਂ ਇਨ-ਲॉज ਦਾ ਠੀਕ ਆ ਇਹਨਾਂ ਨੇ ਮੇਰਾ ਬ੍ਰਾਜ਼ਿਲ ਬੋਲੀਵੀਆ ਦਾ ਟੂਰਿਸਟ ਵੀਜ਼ਾ ਲਗਵਾਇਆ ਸੀ ਅੱਛਾ ਫਸਟ ਟਾਈਮ ਮੈਂ ਇਹਨਾਂ ਨੂੰ ਸਮਝਾਇਆ ਕਿ ਮੈਨੂੰ 17 ਘੰਟੇ ਦੀ ਆਪਣੀ ਬ੍ਰਾਜ਼ਿਲ 'ਚ ਸਟੇ ਆ ਤਾਂ ਆਪਾਂ ਨੂੰ ਟਰਾਂਜ਼ਿਟ ਵੀਜ਼ਾ ਚਾਹੀਦਾ ਹੂੰ ਤਾਂ ਇਹ ਕਹਿੰਦੇ ਕਿ ਨਹੀਂ ਨਹੀਂ ਐਦਾਂ ਕੁਝ ਨਹੀਂ ਹੁੰਦਾ ਤਾਂ ਸਾਨੂੰ ਬ੍ਰਾਜ਼ਿਲ ਤੋਂ ਵਾਪਸ ਕਰਤਾ ਸੀ ਕਿੱਥੇ ਕਰਤਾ ਵਾਪਸ ਇੰਡੀਆ ਉਹ ਤੋਂ ਬਾਅਦ ਅਸੀਂ ਦੁਬਾਰਾ ਇੰਡੀਆ ਭੇਜਦਾ ਹਾਂ ਹੋ ਗਿਆ ਤੋਂ ਬਾਅਦ ਅਸੀਂ ਦੁਬਾਰਾ ਅਪਲਾਈ ਕੀਤਾ ਸਾਰਾ ਕੁਝ ਕਿਉਂਕਿ ਮੇਰੇ ਕੋ ਬ੍ਰਾਜ਼ਿਲ ਦਾ 트੍ਰਾਂਜ਼ਿਟ ਵੀਜ਼ਾ ਨਹੀਂ ਸੀ। ਅੱਛਾ ਜਿੱਥੇ ਸਾਡੀ 17 ਘੰਟੇ ਦੀ ਸਟੇ ਸੀਗੀ। ਹੂੰ। ਤੇ ਉਦੋਂ ਬਾਅਦ ਅਸੀਂ ਬੱਪੀ ਸਾਹਿਬ ਵਾਲੇ 트੍ਰਾਂਜ਼ਿਟ ਵੀਜ਼ਾ ਲਿਆ ਬੋਲੀਵਿਆ ਆ ਕੇ ਤੇ ਕੁਝ ਫਰੈਂਡਸ ਮੈਨੂੰ ਬੋਲੀਵਿਆ ਤੋਂ ਲੈ ਕੇ ਗਏ ਨੇ ਬਿਨਾ ਐਂਟਰੀ ਪੁਆਇਂਟ। ਅੱਛਾ। ਮਤਲਬ ਮੈਂ ਇੱਕ ਬਿਨਾ ਐਂਟਰੀ ਤੋਂ ਬੈਕ ਕਹਿੰਿਆ ਕਿ ਇਮੀਗ੍ਰੇਸ਼ਨ ਸਭ ਤੋਂ ਪਹਿਲਾਂ ਮੈਨੂੰ ਕੁਐਸਚਨ ਇਹ ਪੁੱਟ ਕਰ ਰਹੀ ਆ ਕਿ ਤੂੰ ਐਂਟਰ ਕਿੱਦਾਂ ਹੋਈ ਸੀ ਦੱਸੋ ਮੈਨੂੰ ਆ ਚਾਰ-ਪੰਜ ਦੇ ਲੈ ਗਿਆ ਸੀ ਫੁੱਸਣ ਗਿਆ ਪੇ ਮੇਰੀ ਅਰਜنٹੀਨਾ ਦੀ ਨਹੀਂ ਫੇਰ ਤੇ ਬੜੀ ਵਧੀਆ ਤਰੀਕਾ ਨਾਲ ਵੀ ਜੇ ਫੇਰ ਕਹੋ ਜੀ ਆਹੋ ਹੀ ਮੈਨੂੰ ਲੈ ਕੇ ਆਏ ਸੀ ਮੈਨੂੰ ਤੇ ਆਹ ਵੇਖੋ ਮੇਰੀ ਪਾਸਪੋਰਟ ਦੀਆਂ ਐਂਟਰੀਆਂ ਇਹਨਾਂ ਨੂੰ ਪੁੱਛੋ ਮੈਂ ਤੇ ਵਾਈਫ ਆ ਮੈਨੂੰ ਕੀ ਦਿਮਾਗ ਇਹਨਾਂ ਕੰਮ ਕਰੇਗਾ ਹਾਂਜੀ ਮੈਨੂੰ ਨਹੀਂ ਸੀ ਪਤਾ ਦੇਖੋ ਪੰਜੀ ਮੇਰੀ ਗੱਲ ਸੁਣੋ ਮੈਂ ਇੱਕ ਬੰਦ ਮੇਰੀ ਇੱਕ ਪੂਰੀ ਗੱਲ ਸੁਣ ਲਓ ਜਦੋਂ ਆਪਾਂ ਤੁਹਾਡਾ ਇਹ ਵਾਲਾ ਗੱਲ ਦਾ ਸਵੈਟਰ ਉਧੇੜਦੇ ਨਾ ਜਾਂ ਇੱਕ ਕੇਸ ਖੋਲਣਾ ਤੇ ਤੁਹਾਡੇ ਹਸਬੰਦ ਨੇ ਤੁਹਾਡੇ ਦੇ ਤਸੀਹੇ ਵੀ ਦੇਣੇ ਆ ਕੀ ਤੁਸੀਂ ਉਹ ਸਾਰੀਆਂ ਚੀਜ਼ਾਂ ਫੇਸ ਕਰਕੇ ਵੀ ਸਟੈਂਡ ਲਵੋਗੇ ਖੜੇ ਰਹੋਗੇ ਤਾਂ ਹੀ ਤਾਂ ਢੱਲੀ ਲੜਾਈ ਰੜੀਏ ਨਾ ਸੀ ਸਰ ਮਸਟ ਆਉਣੀ ਪਰ ਪ੍ਰੋਬਲਮ ਇਹ ਆ ਕਿ ਮੈਂ ਇੰਡੀਆ ਨਹੀਂ ਆਉਣੀ ਚਾਹੀਦੀ ਬਿਨਾ ਪੀਆਰ ਤੋਂ ਦੇਖੋ ਜੀ ਉਹਦੇ ਵਾਸਤੇ ਤੇ ਉਹਦੇ ਵਾਸਤੇ ਤੇ ਪੇਸ਼ੈਂਟ ਪੇਸ਼ੈਂਸ ਰੱਖਿਆ ਦੇਖੋ ਉਹਦੇ ਵਾਸਤੇ ਮੈਂ ਤੁਹਾਨੂੰ ਕਹਿੰਦੇ ਆਂ ਕਿ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਾਂਗਾ ਤੁਹਾਨੂੰ ਮੈਂ ਡਿਟੇਲ ਦੱਸਾਂਗਾ ਹਾਂਜੀ ਐਕਸ਼ਨ ਪਲਾਨ ਬਣਾਵਾਂਗੇ ਵੀ ਆਪਾਂ ਕਿਹੜਾ ਸਟੈਪ ਪਹਿਲਾਂ ਲੈਣਾ ਕਿਹੜਾ ਦੂਜੀ ਵਾਰੀ ਲੈਣਾ ਕਿਹੜਾ ਤੀਜੀ ਵਾਰ ਲੈਣਾ ਰਾਈਟ ਉਹਦੇ ਮੁਤਾਬਕ ਆਪਾਂ ਐਕਸ਼ਨ ਪਲਾਨ ਸ਼ੁਰੂ ਕਰਾਂਗੇ ਪਹਿਲਾਂ ਅਸੀਂ ਪਰਿਵਾਰਿਕ ਮੁੱਦਿਆਂ ਤੋਂ ਸ਼ੁਰੂ ਕਰਾਂਗੇ ਫਿਰ ਅਸੀਂ ਥੋੜਾ ਜਿਹਾ ਉਹਨੂੰ ਕਾਨੂੰਨੀ ਰੇਪ ਸ਼ੇਪ ਦੇਵਾਂਗੇ ਤੇ ਫਿਰ ਅਸੀਂ ਉਹਨੂੰ ਲੀਗਲੀ ਫਿਰ ਲੜਾਂਗੇ ਫਿਰ ਪਤਾ ਕੀ ਹੈ ਰਿਜ਼ਲਟ ਕੁਝ ਵੀ ਹੋ ਸਕਦਾ ਹੁੰਦਾ ਹੈ ਜੇ ਤੁਸੀਂ ਇਹ ਕੰਡੀਸ਼ਨ ਲਾਓਗੇ ਕਿ ਮੈਂ ਨਹੀਂ ਆਣੀ ਚਾਹੀਦੀ ਕੀ ਵੀ ਤਾਂ ਤੁਹਾਨੂੰ ਇੱਕ ਵਾਰੀ ਬਾਹਰ ਆ ਕੇ ਫਿਰ ਤੁਹਾਨੂੰ ਬੁਲਾ ਲਿਆ ਜਾਵੇ ਤੁਹਾਡੇ ਹਸਬੰਦ ਦੇ ਪ੍ਰੈਸ਼ਰ ਬਣੇ ਤੁਹਾਡੀ ਇਨ-ਲਾਸ ਫੈਮਿਲੀ ਤੇ ਪ੍ਰੈਸ਼ਰ ਬਣੇ ਤੇ ਫਿਰ ਉਹ ਉਹ ਚੀਜ਼ ਵੀ ਤੁਹਾਨੂੰ ਸਹਿਣੀ ਪੈਣੀ ਹੈ ਕਿਉਂਕਿ ਦੇਖੋ ਕੋਈ ਪ੍ਰੋਬਲਮ ਨਹੀਂ ਮੈਂ ਸਿੰਪਲ ਜੀ ਗੱਲ ਦੱਸਾਂ ਪੈ ਜੀ ਗਲਤੀ ਤੁਸੀਂ ਵੀ ਕੀਤੀ ਹੈ ਚਾਹੇ ਤੁਹਾਡੇ ਹਸਬੰਦ ਨੇ ਕਰਾਈ ਹੈ ਜੇ ਤੁਹਾਨੂੰ ਇਲੀਗਲ ਐਂਟਰੀ ਕਰਾ ਕੇ ਲੈ ਗਿਆ ਸੀ ਤੁਹਾਨੂੰ ਚਾਹੀਦਾ ਸੀ ਉਸ ਵੇਲੇ ਮੌਕੇ ਤੇ ਤੁਸੀਂ ਵੀ ਪੜੇ ਲਿਖੇ ਲੱਗਦੇ ਹੋ ਬਿਲਕੁਲ ਅਨਪੜ੍ਹ ਤੇ ਮੈਨੂੰ ਤੁਸੀਂ ਵੀ ਨਹੀਂ ਲੱਗਦੇ ਤੇ ਤੁਹਾਨੂੰ ਵੀ ਚਾਹੀਦਾ ਸੀ ਵੀ ਜਦੋਂ ਉਹਨੇ ਤੁਹਾਡਾ ਰਿਫਿਊਜੀ ਵੀ ਅਪਲਾਈ ਕੀਤਾ ਤੁਸੀਂ ਉਦੋਂ ਰੀਜੈਂਟਮੈਂਟ ਦਿਖਾਉਂਦੇ ਜਾਂ ਕੁਝ ਕਰਦੇ ਕਿਉਂਕਿ ਤੁਹਾਡੀ ਐਂਟਰੀ ਹੁਣ ਹੋ ਚੁੱਕੀ ਆ ਤਾਂ ਹੀ ਤੁਹਾਡਾ ਰਿਫਿਊਜੀ ਦਾ ਉਥੇ ਕੇਸ ਲੱਗਾ ਸੀ ਰਾਈਟ ਸਰ ਮੈਨੂੰ ਇੰਡੀਆ ਤੋਂ ਮੈਨੂੰ ਪਤਾ ਹੀ ਨਹੀਂ ਸੀ ਵੀ ਇਹਨੇ ਮੇਰਾ ਰਿਫਿਊਜੀ ਲਾਉਣਾ मैडम ਜਦੋਂ ਇੰਡੀਆ ਤੋਂ ਨਹੀਂ ਸੀ ਪਤਾ ਮੈਨੂੰ ਇੱਥੇ ਜਾ ਕੇ ਪਤਾ ਲੱਗਿਆ ਸੀ ਕਿ ਉੱਥੇ ਜਾ ਕੇ ਹਾਂਜੀ ਇਹਨੇ ਕਿਹਾ ਉੱਥੇ ਜਾ ਕੇ ਮੈਰਿਜ ਕਰਵਾਉਣੀ ਆ ਤਿੰਨ ਮਹੀਨੇ ਚ ਤੇਰੇ ਡਾਕੂਮੈਂਟ ਆ ਜਾਣੇ ਆ ਮਲਨ ਸਾਹਿਬ ਹੁਣ ਜਿਵੇਂ ਆ ਕੇਸ ਸੁਣ ਕੇ ਹਟੇ ਆਪਾਂ ਜੀ ਇਲੀਗਲ ਤਰੀਕੇ ਦੇ ਨਾਲ ਵਾਈਫ ਨੂੰ ਲੈ ਕੇ ਚਲੇ ਗਏ ਉੱਥੇ ਹੁਣ ਵਾਈਫ ਇਲੀਗਲ ਤਰੀਕੇ ਨਾਲ ਰਹਿ ਰਹੀ ਹੈ ਕੋਈ ਗੱਲ ਸੁਣਨ ਵਾਲਾ ਨਹੀਂ ਹੈਗਾ ਇਸ ਚੀਜ਼ ਦਾ ਡਰ ਹੈ ਵੀ ਮੈਨੂੰ ਰਿਪੋਰਟ ਕਰ ਦੇਣਗੇ ਜੀ ਕਿੰਨੇ ਕ ਕੇਸ ਐਦਾਂ ਦੇ ਹੋਣਗੇ ਜਿਹੜੇ ਕਿ ਬਾਹਰ ਇਸ ਤਰੀਕੇ ਦੇ ਨਾਲ ਇਲੀਗਲ ਗਏ ਹੋਣਗੇ ਉਹ ਸ਼ਿਕਾਇਤ ਕਿਨੂੰ ਕਰਨ ਕਿਹਦੇ ਕੋਲ ਆਪਣੇ ਗੁਹਾਰ ਲਗਾਉਣ ਪਹਿਲਾ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੇ ਭੰਜੀ ਦਾ ਮੈਟਰ ਹੈ ਇਹਦੇ ਵਿੱਚ ਇਹਨਾਂ ਕੋਲ ਇੱਕ ਸਕਿਉਰਿਟੀ ਫੈਕਟਰ ਹੈਗਾ ਚਾਹੇ ਇਹਨਾਂ ਦੇ ਹਸਬੰਦ ਨੇ ਧੋਖੇ ਨਾਲ ਕਿਸੇ ਹੋਰ ਕੰਟਰੀ 'ਚ ਉਤਾਰ ਕੇ ਉੱਥੋਂ ਬਾਏ ਰੋਡ ਦੂਜੀ ਕੰਟਰੀ ਲੈ ਕੇ ਔਰ ਉਸ ਕੰਟਰੀ ਵਿੱਚ ਜਾਣ ਤੋਂ ਬਾਅਦ ਉੱਥੇ ਰਿਫਿਊਜੀ ਕੇਸ ਲਾਇਆ ਇਟ ਮੀਨਸ ਉਸ ਕੰਟਰੀ ਦੀ ਪ੍ਰੈਜ਼ੈਂਸ ਜਿਹੜਾ ਭੰਜੀ ਨੂੰ ਡਰ ਹੈ ਕਿ ਮੇਰੀ ਪ੍ਰੈਜ਼ੈਂਸੀ ਇੱਥੇ ਨਹੀਂ ਤਾਂ ਪ੍ਰੈਜ਼ੈਂਸ ਮਾਰਕ ਹੋ ਚੁੱਕੀ ਹੈ ਜੀ ਕਿ ਤੁਸੀਂ ਐਂਟਰ ਹੋ ਉਹ ਐਕਸ ਕੰਟਰੀ 'ਚ ਫਿਰ ਉੱਥੋਂ ਰਿਫਿਊਜੀ ਕੇਸ ਦੇ ਜ਼ਰੀਏ ਜ਼ਮਾਨਤ ਤੇ ਜੀ ਉਹਨਾਂ ਦਾ ਹਸਬੰਦ ਲੈ ਕੇ ਗਿਆ ਉਹਨਾਂ ਨੂੰ ਕਰ ਤੁਸੀਂ ਗੱਲ ਧਿਆਨ ਨਾਲ ਸੁਣੀ ਨਹੀਂ ਹੂੰ ਤਾਂ ਹਸਬੰਦ ਕਿੱਦਾਂ ਮੁੱਕਰ ਜਗ੍ਹਾ ਵਿੱਚ ਜਨਾਨੀ ਨੂੰ ਨਹੀਂ ਜਾ ਜਾਂਦਾ ਜੀ ਐਸ ਲੜਕੀ ਨੂੰ ਮੈਂ ਨਹੀਂ ਜਾਂਦਾ ਬਿਲਕੁਲ ਉਹ ਹਸਬੰਦ ਕੜਿੱਕੇ 'ਚ ਫਸ ਜਾਏਗਾ ਹੂੰ ਰਾਈਟ ਬਿਲਕੁਲ ਜਿੱਦ ਕਿ ਇਹਨਾਂ ਦੀ ਗੱਲ ਫਿਰ ਉਹਨੇ ਆਪਣੇ ਘਰ 'ਚ ਰੱਖਿਆ ਹੋਇਆ ਉਹਨੂੰ ਜੀ ਜਦੋਂ ਉਹਨੇ ਆਪਣੇ ਘਰ 'ਚ ਰੱਖਿਆ ਮੀਨਿੰਗ ਦੇਰ ਹੈ ਮੇਰਾ ਤੁਹਾਡਾ ਕੁਝ ਤਾਂ ਰਿਸ਼ਤਾ ਹੈ ਹੂੰ ਵੀ ਜਿੱਥੇ ਤੁਸੀਂ ਪਿਛਲੇ 4 ਸਾਲ ਤੋਂ ਮੇਰੇ ਨਾਲ ਰਹਿ ਰਹੇ ਹੋ ਜੀ ਕੀ ਮੈਂ ਡਿਫਾਈਨ ਕਰਾਂਗਾ ਬਿਲਕੁਲ ਪਬਲਿਕ ਨੂੰ ਲਾ ਨੂੰ ਹੂੰ ਇਹਨਾਂ ਬੁੱਧੂ ਕੋਈ ਵੀ ਨਹੀਂ ਹੈ ਸੋ ਭੈਣ ਜੀ ਨੂੰ ਡਰਨ ਦੀ ਲੋੜ ਨਹੀਂ ਹੈ ਨੰਬਰ 1 ਕਿਉਂਕਿ ਉਹਨਾਂ ਕੋਲ ਦੋ ਚੀਜ਼ਾਂ ਬੜੀਆਂ ਕਲੀਅਰ ਨੇ ਤੀਜਾ ਉਹਨਾਂ ਕੋਲ ਵਿਆਹ ਦਾ ਸਰਟੀਫਿਕੇਟ ਹੈ ਜੀ ਪਾਸਪੋਰਟ ਤੇ ਐਂਟਰੀ ਹੈ ਫਿਰ ਮੈਰਿਜ ਦੇ ਸਾਰੇ ਪ੍ਰੂਫ ਨੇ ਲਾਵਾ ਫਿਰ ਐਂਡ 올 दैट ਜੋ ਸਾਡੇ ਵੀਡੀਓਜ਼ ਨੇ ਉਹਦੀਆਂ ਫਿਰ ਉਹਨਾਂ ਦਾ ਜਿਹੜਾ ਇੰਡੀਆ ਚ ਸਹਰਾ ਹੈ ਉਹ ਮੰਨਦਾ ਉਹਨਾਂ ਨੂੰ ਹੈ ਤੇ ਨੂੰ ਹੀ ਚਾਹੇ ਲੜਕੀ ਹੈ ਚਲੋ ਮੈਂ ਕਹਿੰਦਾ ਸ਼ਾਇਦ ਲੜਕੀ ਕਹਿੰਦੇ ਹੋਣ ਉਹਨੂੰ ਹੀ ਜਾਂ ਕੁਝ ਵੀ ਕਹਿੰਦੇ ਹੋਣ ਸੋ ਹਲੇ ਆਪਾਂ ਇੱਕ ਪੱਖ ਸੁਣਿਆ ਤਾਂ ਲੀਗਲੀ ਉਹ ਸਾਊਂਡ ਹੈ ਬਚਾ ਹੋਏਗਾ ਉਹਦਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਬਾਕੀ ਇਹਲੇ ਕੇਸ ਜਦ ਤੱਕ ਪੂਰਾ ਸਾਹਮਣੇ ਨਹੀਂ ਆਂਦਾ ਫਾਈਨਲ ਮੈਂ ਵਰਜਨ ਕੋਈ ਨਹੀਂ ਦੇ ਰਿਹਾ ਮੈਂ ਸਿਰਫ ਪ੍ਰੋਪੋਜੀਸ਼ਨ ਦੱਸ ਰਿਹਾ ਬਿਲਕੁਲ ਔਰ ਇੱਕ ਵਾਰੀ ਦੂਜਾ ਪੱਖ ਵੀ ਸੁਣ ਲਈਏ ਤੇ ਫਿਰ ਆਪਾਂ ਇਹਨੂੰ ਕਰਾਂਗੇ ਜਿੱਥੋਂ ਤੱਕ ਰਹੀ ਹੁਣ ਇਹੋ ਜੇ ਕੇਸ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਫਿਗਰ 40 ਲੱਖ 40 ਲੱਖ ਕਹਿ ਰਿਹਾ ਮੈਂ ਹੂੰ ਬੰਦਾ ਜੀਂਦਾ ਜਾਗਦਾ ਇਲੀਗਲ ਇੰਡੀਆ ਤੋਂ ਬਾਹਰ ਕਈ ਮੁਲਕਾਂ ਚ ਰਹਿ ਰਿਆ ਵੰਡੇ ਪਏ ਨੇ ਸਭ ਤੋਂ ਵੱਡੀ ਦੁੱਖ ਦੀ ਗੱਲ ਕੀ ਹੈ ਇਹ ਭੈਣਜੀ ਕੋਲ ਤੇ ਕੋਈ ਸੋਰਸ ਸੀ ਇਹਨਾਂ ਨੇ ਤੁਹਾਨੂੰ ਮੈਨੂੰ ਜਾਂ ਕਿਸੇ ਲੀਗਲ ਲੈਵਲ ਤੇ ਸਲਾਹ ਲੈਣ ਲਈ ਕੰਟੈਕਟ ਕਰ ਲਿਆ ਜੀ ਸੋਸ਼ਲ ਮੀਡੀਆ ਨੇ ਜਿਹੜੇ ਮੇਰੇ ਬਾਕੀ ਉਹ 40 ਲੱਖ ਭੈਣ ਭਰਾ ਆ ਉਹ ਕਿਦਾਂ ਕੰਟੈਕਟ ਕਰਨਗੇ ਹੂੰ ਉਹਦੇ ਲਈ ਮੇਰੀ ਸਰਕਾਰ ਪੰਜਾਬ ਦੀ ਸਰਕਾਰ ਜਾਂ ਇੰਡੀਆ ਦੀ ਸਰਕਾਰ ਉਹਨਾਂ ਲਈ ਕੀ ਐਫਰਟ ਕਰ ਰਹੀ ਹੈ ਇਹ ਤੇ ਉਹ 40 ਲੱਖ ਬੰਦਿਆਂ ਦੀ ਗੱਲ ਕਰ ਰਹੇ ਆ ਜਿਹੜੇ ਬਾਹਰ ਘੁੰਮ ਰਹੇ ਨੇ ਆਜ਼ਾਦ ਨੇ ਜੀ ਪੁਲਿਸ ਦੀ ਗ੍ਰਿਫਤ ਚ ਨਹੀਂ ਆਏ ਤੇ ਜਿਹੜੇ ਜੇਲ੍ਹਾਂ ਚ ਬੰਦ ਨੇ ਉਹਨਾਂ ਦਾ ਕੀ ਕਰੋਗੇ ਜੀ ਬਿਲਕੁਲ ਉਹਦੇ ਲਈ ਮੇਰੀ ਸਰਕਾਰ ਆਫਟਰ ਆਲ ਤੇ ਸਾਡੇ ਕੰਟਰੀ ਦਾ ਬੰਦਾ ਹੈ ਉਹਦਾ ਪਰਿਵਾਰ ਇੰਡੀਆ ਚ ਤੁਹਾਨੂੰ ਟੈਕਸ ਦੇ ਰਿਹਾ ਜੀ ਯਾਦ ਹੈ ਨਾ ਇੱਕ ਪਾਕਿਸਤਾਨੋਂ ਬੰਦਾ ਆਇਆ ਸੀ ਔਰ ਇੱਦਾਂ ਪਾਕਿਸਤਾਨ ਚ ਸਾਡੇ ਫੌਜੀ ਵੀ ਗਏ ਸੀ ਜੀ ਸੋ ਕੀ ਐਫਰਟ ਹੈ ਉਹਨਾਂ ਲਈ ਬੜੇ ਹੀ ਮੁੱਦੇ ਨੇ ਇਹੋ ਜਿਹੇ ਸੋਚ ਵਿਚਾਰ ਵਾਲੇ ਜੀ ਪ੍ਰੋਸੀਜਰ ਅਵੇਲੇਬਲ ਹੈ ਐਫਰਟ ਕੋਈ ਨਹੀਂ ਕਰ ਰਿਆ ਇਸੇ ਕੁੜੀ ਦੇ ਪੱਖ ਪਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਹਸਬੰਦ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਸਾਰੀ ਗੱਲ ਸ਼ੀਸ਼ੇ ਵਾਂਗੂ ਸਾਫ ਹੋ ਸਕੇ ਕਿਉਂਕਿ ਮਕਸਦ ਸਿਰਫ ਇੱਕ ਹੈ ਇਹਨਾਂ ਚੀਜ਼ਾਂ ਨੂੰ ਜੜੋਂ ਖਤਮ ਕਰਨ ਦਾ ਪਰ ਲੱਗਦਾ ਹੈ ਲੋਕਾਂ ਨੂੰ ਹੁਣ ਇਨਸਾਫ ਦੀ ਇੱਕ ਉਮੀਦ ਜ਼ਰੂਰ ਮਿਲੀ ਹੈ ਕਿਉਂਕਿ ਸਾਨੂੰ ਵੀ ਕਾਲ ਆਉਣ ਲੱਗੇ ਨੇ ਜਿੱਥੇ ਕਹਿੰਦੇ ਮੀਡੀਆ ਦੇ ਵਿੱਚ ਗੱਲ ਆਈ ਤਾਂ ਸਾਡਾ ਸਮਝੌਤਾ ਕਰਨ ਦੇ ਲਈ ਸਾਡੇ ਨਾਲ ਉਹ ਤਿਆਰ ਹੋ ਗਏ ਇਸ ਕਰਕੇ ਤੁਸੀਂ ਸਾਡੀ ਖਬਰ ਹਟਾ ਦਿਓ ਅਸੀਂ ਵੀ ਇਹੋ ਚਾਹੁੰਦੇ ਆ ਕਿ ਹਰ ਪੀੜਤ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਜੇ ਤੁਸੀਂ ਵੀ ਕੋਈ ਕਾਨੂੰਨੀ رائے ਲੈਣਾ ਚਾਹੁੰਦੇ ਹੋ ਜਾਂ ਆਪਣੀ ਹੱਡ ਬੀਤੀ ਦੱਸਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ ਤੁਸੀਂ ਸਾਨੂੰ نیچے ਚੱਲ ਰਹੇ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਤੇ ਜੁੜੇ ਰਹੋ ਵਿਜ਼ਨ ਪੰਜਾਬ ਟੀਵੀ ਦੇ ਨਾਲ ਹਰ ਕਦਮ ਤੁਹਾਡੇ ਨਾਲ